ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਪੜ੍ਹਨ ਜਾ ਰਹੇ ਹਾਂ ਉਡਾਨ ਦੀ ਸ਼ੀਟ 183 ਬੇਟਾ ਧਿਆਨ ਨਾਲ ਸੁਣਨਾ ਹਰ ਇੱਕ ਕੁਸ਼ਣ ਤੇ ਕਾਪੀ ਤੇ ਨੋਟ ਕਰਨਾ ਹੈ ਜਿਹੜੀ ਵੀ ਚੀਜ਼ ਐਕਸਟਰਾ ਲਿਖਾਵਾਂ ਉਹਨੂੰ ਵੀ ਜਰੂਰ ਲਿਖਿਓ ਠੀਕ ਹੈ ਕਰੀਏ ਸ਼ੁਰੂ ਦੇਖੋ ਚਲੋ ਪਹਿਲਾ ਕੁਸ਼ਣ ਦੇਖੋ ਕੀ ਕਹਿ ਰਿਹਾ ਹੈ ਪਹਿਲਾ ਕੁਸ਼ਣ ਕਹਿ ਰਿਹਾ ਹੈ ਜਿਹੜਾ ਕੁਨੀਨ ਹੈ ਕੁਨੀਨ ਬਾਰੇ ਦਾ ਸਾਰਿਆਂ ਨੇ ਸੁਣਿਆ ਹੋਣਾ ਇਹ ਮੈਡੀਸ਼ਨਲ ਪਲਾਂਟ ਹੈ ਜ਼ਿਆਦਾਤਰ ਮਲੇਰੀਆ ਦਵਾਈ ਲਈ ਕੰਮ ਆਉਂਦਾ ਜੇ ਮਲੇਰੀਆ ਕਿਸੇ ਨੂੰ ਹੋ ਜਾਂਦਾ ਉਹਨੂੰ ਠੀਕ ਕਰਨ ਦੇ ਕੰਮ ਆਉਂਦੀ ਹੈ ਕਵਿਨਿਨ ਠੀਕ ਹੈ ਜੀ ਕਵਿਨਿਨ ਆਪਾਂ ਨੂੰ ਕਿਸ ਦਰਖਤ ਤੋਂ ਪ੍ਰਾਪਤ ਹੁੰਦੀ ਹੈ ਕਿਸ ਦਰਖਤ ਤੋਂ ਮਿਲਦੀ ਹੈ ਸਿੰਕੋਨਾ ਦਰਖਤ ਤੋਂ ਮਿਲਦੀ ਹੈ ਸਿੰਕੋਨਾ ਨਾਮ ਦਾ ਇੱਕ ਦਰਖਤ ਹੈ ਜਿਸ ਤੋਂ ਕਵਿਨਿਨ ਮਿਲਦੀ ਹੈ ਸਿੰਕੋਨਾ ਕਿੱਥੋਂ ਸਿੰਕੋਨਾ ਤੋਂ ਕਵਿਨਿਨ ਕਿੱਥੋਂ ਮਿਲਦੀ ਹੈ ਸਿੰਕੋਨਾ ਤੋਂ ਅੱਗੇ ਕੰਪਿਊਟਰ ਕਹਿੰਦਾ ਕਿਸ ਤੋਂ ਬਿਨਾ ਕੰਮ ਨਹੀਂ ਕਰ ਸਕਦਾ ਕੀ ਉਹ ਇੰਟਰਨੈਟ ਤੋਂ ਬਿਨਾ ਕੰਮ ਕਰ ਸਕਦਾ ਕਰ ਸਕਦਾ ਜਿੱਦੇ ਇੰਟਰਨੈਟ ਨਹੀਂ ਲੱਗਿਆ ਜਾਂਦਾ ਸਕੂਲਾਂ ਜੇ ਇੰਟਰਨੈਟ ਨਹੀਂ ਹੈ ਕੁਝ ਸਕੂਲ ਹੈ ਜਨੇ ਜਿਹੜੇ ਪ੍ਰਾਇਮਰੀ ਸਕੂਲ ਹੈ ਇੰਟਰਨੈਟ ਨਹੀਂ ਹੈ ਤਾਂ ਉੱਥੇ ਕੰਪਿਊਟਰ ਤਾਂ ਚੱਲਦਾ ਫਿਰ ਵੀ ਈਮੇਲ 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 ਤਾਂ ਤਾਂ ਚੱਲੂਗੀ ਜੇ ਇੰਟਰਨੈਟ ਹੋਊਗਾ ਬਟ ਇੰਟਰਨੈਟ ਦੀ ਤਾਂ ਗੱਲ ਹੀ ਨਹੀਂ ਕੀਤੀ ਉਹਨੇ ਕਿ ਕੰਪਿਊਟਰ ਚੱਲਦਾ ਹੁੰਦਾ ਹੈ ਈਮੇਲ ਤੋਂ ਬਿਨਾ ਤਾਂ ਚੱਲ ਸਕਦਾ ਹੈ ਮਾਊਸ ਤੋਂ ਬਿਨਾ ਚੱਲ ਸਕਦਾ ਹੈ ਜੀ ਕਿ ਕੀਬੋਰਡ ਨਾਲ ਵੀ ਕਦੇ-ਕਦੇ ਚਲਾ ਸਕਦੇ ਆਂ ਆਪਾਂ ਬਟ ਸੌਫਟਵੇਅਰ ਕੰਮ ਕਰਦਾ ਪਿਆ ਸਾਰਾ ਉਹਦੇ ਅੰਦਰ ਜਿਹੜਾ ਤੁਹਾਡੀ ਚੀਜ਼ ਉੱਪਰ ਆ ਰਹੀ ਹੈ ਨਾ ਪ੍ਰੋਗਰਾਮਿੰਗ ਹੋਈ ਹੋਈ ਹੈ ਜਿਹੜਾ ਡੈਸਕਟਾਪ ਦੇ ਉੱਪਰ ਸ਼ੋ ਹੋ ਰਿਹਾ ਉਹ ਸਾਰੀ ਚੀਜ਼ ਪ੍ਰੋਗਰਾਮਿੰਗ ਹੈ ਉਹਦੇ ਅੰਦਰ ਸੌਫਟਵੇਅਰਸ ਨੇ ਜਿਵੇਂ ਹੁਣ ਤੁਸੀਂ ਆਹ ਮੇਰੀ ਵੀਡੀਓ ਦੇਖਦੇ ਪਿਓ ਇਹ ਵੀ ਕੋਈ ਨਾ ਕੋਈ ਐਪ ਹੈ ਕੋਈ ਨਾ ਕੋਈ ਸੌਫਟਵੇਅਰ ਹੈ ਜਿਹਦੇ ਨਾਲ ਇਹ ਚੱਲ ਬਣਾਈ ਹੋਈ ਹੈ ਦੈਟਸ ਵਾਈ ਤੁਸੀਂ ਦੇਖ ਸਕਦੇ ਹੋ ਦੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਕੀ ਕੰਪਿਊਟਰ ਕਿਸ ਤੋਂ ਬਿਨਾ ਨਹੀਂ ਕੰਮ ਕਰ ਸਕਦਾ ਇਹ ਸੌਫਟਵੇਅਰ ਤੋਂ ਬਿਨਾ ਕੰਮ ਨਹੀਂ ਕਰ ਸਕਦਾ ਠੀਕ ਹੈ ਬੇਟਾ ਅੱਗੇ ਆ ਜਾਂਦਾ ਹੈ ਕਿ ਭਾਰਤੀ ਸੰਵਿਧਾਨ ਦੇ ਕਿੰਨੇ ਤੁਹਾਡੇ ਰਾਈਟਸ ਨੇ ਖੁਦ ਹੀ ਕਿਸੇ ਵੀ ਬੰਦੇ ਨੂੰ ਖੁਦ ਭਾਰਤੀ ਸੰਵਿਧਾਨ ਨੇ ਕਿੰਨੇ ਰਾਈਟ ਦਿੱਤੇ ਹੋਏ ਨੇ ਉਹ ਹੈ 6 ਰਾਈਟ ਜਿਵੇਂ ਰਾਈਟ ਆਫ ਫ੍ਰੀडम ਠੀਕ ਹੈ ਜੀ ਐਵੇਂ ਰਾਈਟ ਆਫ ਐਜੂਕੇਸ਼ਨ ਐਜੇ ਅਲਗ-ਅਲਗ 6 ਨਿਯਮ ਨੇ ਰਾਈਟ ਦਿੱਤੇ ਹੋਏ ਨੇ ਜਿਹੜੇ ਜਿਹੜੇ ਹਰ ਇੱਕ ਮਨੁੱਖье ਨੂੰ ਮਿਲ ਨਹੀਂ ਮਿਲਨੇ ਨੇ ਠੀਕ ਹੈ ਰਾਈਟ ਆਫ ਡੈਮੋਕ੍ਰੇਸੀ ਕਹਿ ਸਕਦੇ ਹਾਂ ਠੀਕ ਹੈ ਜੀ ਚੱਲੀਏ ਅੱਗੇ 6 ਆਪਾਂ ਨੂੰ ਮੌਲਿਕ ਅਧਿਕਾਰ ਮਿਲੇ ਹੋਏ ਨੇ ਆਪਣੇ ਪੂਰੇ ਜੀਵਨ ਭਰ ਦੇ ਵਿੱਚ ਇੰਡੀਆ ਦੇ ਵਿੱਚ 6 ਮੌਲਿਕ ਅਧਿਕਾਰ ਮਿਲੇ ਹੋਏ ਨੇ ਅੱਛਾ ਜਿਵੇਂ ਹੁਣ ਆ ਪਿਛੇ ਕੱਲ ਕਿਤੇ ਸੀ ਇਹਦੇ ਆਨਸਰਸ ਨੇ ਜਿਵੇਂ ਜਰਨਲ ਡਾਇਰ ਜਰਨਲ ਡਾਇਰ ਕੀ ਸੀਗਾ ਕਿਹੜਾ ਕੁਐਸਚਨ ਸੀਗਾ ਕਿ ਭਗਤ ਸਿੰਘ ਨੇ ਜਰਨਲ ਡਾਇਰ ਕੌਣ ਸੀਗਾ ਇਹਨੇ ਆਪਾਂ ਜਦੋਂ ਆਪਣਾ ਉਹਦੇ ਚ ਹੋਇਆ ਸੀਗਾ ਜਲੀਆਂ ਵਾਲਾ ਬਾਗ ਦੇ ਵਿੱਚ ਗੋਲੀकांड ਹੋਇਆ ਸੀ ਕਿਨੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸੀ ਜਰਨਲ ਡਾਇਰ ਨੇ ਆਹ ਦਾ ਰਹਿੰਦੋ ਸੈਕਿੰਡ ਅਗਲਾ 8 ਅਗਸਤ 1942 ਨੂੰ ਬੇਟਾ ਕੀ ਹੋਇਆ ਸੀਗਾ ਇਸ ਦਿਨ ਜਿਹੜੇ ਮਹਾਤਮਾ ਗਾਂਧੀ ਜੀ ਨੇ ਭਾਰੋ ਛੱਡੋ ਅੰਦੋਲਨ ਸ਼ੁਰੂ ਕੀਤਾ ਸੀਗਾ ਕਿ ਅੰਗਰੇਜ਼ਾਂ ਨੂੰ ਕਿਹਾ ਸੀ ਭਾਰਤ ਛੱਡ ਕੇ ਚਲੇ ਜਾਓ 8 ਅਗਸਤ 1942 ਨੂੰ ਠੀਕ ਹੈ ਬੇਟਾ ਚੱਲੀ ਅੱਗੇ ਚਲੋ ਅੱਗੇ ਦੇਖੋ ਅੱਗੇ ਕਹਿੰਦਾ ਕਿ ਕਿਹੜਾ ਹੈ ਜੀ ਆਰਟੀਕਲ ਹੈ ਜਿਸ ਦੇ ਅਨੁਸਾਰ ਕਿਸੇ ਵੀ ਸਟੇਟ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ 356 ਆਰਟੀਕਲ ਹੈ ਜੀ ਜਿਸ ਦੇ ਨਾਲ ਇੰਡੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਹੈ ਕਿ ਉੱਥੇ ਵਿਧਾਨ ਸਭਾ ਭੰਗ ਕਰ ਦਿੰਦੇ ਨੇ ਤੇ ਆਪਣੇ ਕੋਲ ਕੀ ਰਾਸ਼ਟਰਪਤੀ ਸ਼ਾਸਨ ਉੱਥੇ ਲਾਗੂ ਹੋ ਜਾਂਦਾ ਹੈ ਠੀਕ ਹੈ ਜੀ ਤੇ ਪਹਿਲੀ ਆਈਐਸ ਅਫੀਸਰ ਕਿਹੜੀ ਹੁੰਦੀ ਹੈ ਕਿਹੜੀ ਸੀਗੀ ਅਪਣੀ ਇੰਡੀਆ ਦੀ ਉਹ ਸੀ ਅੰਨਾ ਰੰਜਮ ਮਲੂਤਰਾ ਅੰਨਾ ਰੰਜਮ ਮਲੂਤਰਾ ਪਹਿਲੀ ਆਈਐਸ ਅਫੀਸਰ ਸੀ ਜੋ ਪੁੱਛ ਲਵੇ ਆਈਪੀਐਸ ਅਫੀਸਰ ਪਹਿਲੀ ਕਿਹੜੀ ਸੀ ਉਹ ਸੀ ਕਿਰਨ 베ਦੀ ਉਹ ਸੀਗੀ ਕਿਰਨ 베ਦੀ ਨੈਕਸਟ ਭਾਰਤੀ ਉਦਯੋਗ ਦਾ ਉਦਯੋਗ ਜਗਤ ਦਾ ਪਿਤਾਮਾ ਜਿਹੜਾ ਮਤਲਬ ਕੀ ਕਹਿ ਲੋ ਜਿਹੜਾ ਇੰਡਸਟਰੀਲਿਸਟ ਸਭ ਤੋਂ ਭਾਰਤੀ ਦਾ ਪਹਿਲਾ ਪਿਤਾਮਾ ਫਾਦਰ ਕਿਹਨੂੰ ਮੰਨਿਆ ਜਾਂਦਾ ਹੈ ਫਾਦਰ ਆਫ ਇੰਡੀਅਨ ਇੰਡਸਟਰੀ ਕਿਹਨੂੰ ਮੰਨਿਆ ਜਾਂਦਾ ਬੇਟਾ ਉਹ ਮੰਨਿਆ ਜਾਂਦਾ ਹੈ ਜੇ ਆਰ ਡੀ ਟਾਟਾ ਨੂੰ ਟਾਟਾ ਜੀ ਜਿਹਨੇ ਗੱਡੀ ਵੀ ਕੱਢੀ ਸੀ ਉਹਨੇ ਠੀਕ ਹੈ ਜੀ ਉਹਨਾਂ ਨੂੰ ਭਾਰਤੀ ਉਦਯੋਗ ਦਾ ਫਾਦਰ ਮੰਨਿਆ ਜਾਂਦਾ ਹੈ ਠੀਕ ਹੈ ਤੇ ਆਹ ਕੱਲ ਕੁਝ ਕੁਐਸਚਨ ਕਿਤੇ ਸੀ ਸਾਂਡਰਸ ਦਾ ਕਿਹੜਾ ਕੁਐਸਚਨ ਸੀ ਬੇਟਾ ਕਿ ਭਗਤ ਸਿੰਘ ਨੇ ਲਾਲਾ ਲਾਜਪਤਰਾਏ ਦਾ ਮੌਤ ਦਾ ਬਦਲਾ ਲੈਣ ਲਈ ਕਿਹਨੂੰ ਮਾਰਿਆ ਸੀ ਸਾਂਡਰਸ ਨੂੰ ਮਾਰਿਆ ਸੀ ਕਿਹਦੀ ਮੌਤ ਦਾ ਬਦਲਾ ਲੈਣ ਲਈ ਲਾਲਾ ਲਾਜਪਤਰਾਈ ਜੀ ਦੀ ਮੋਦਾ ਦੂਜਾ ਕੁਐਸਚਨ ਛੱਡ ਦੋ ਤੀਜਾ ਕੁਐਸਚਨ ਦੇਖੋ ਕੀ ਕਹਿੰਦਾ ਹੈ ਅਨਾਚਲ ਪ੍ਰਦੇਸ਼ ਦਾ ਬੇਟਾ ਕਿਹੜਾ ਕੁਐਸਚਨ ਸੀ ਪਤਾ ਕਿਸੇ ਨੂੰ ਅਨਾਚਲ ਪ੍ਰਦੇਸ਼ ਦਾ ਕੁਐਸਚਨ ਇਹ ਸੀ ਕਿ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਸੂਰਜ ਕਿੱਥੇ ਸੂਰਜ ਦੀ ਪਹਿਲੀ ਕਿਰਨ ਕਿੱਥੇ ਪੈਂਦੀ ਹੈ ਅਨਾਚਲ ਪ੍ਰਦੇਸ਼ 'ਚ ਸਭ ਤੋਂ ਪਹਿਲੀ ਕਿਰਨ ਪੈਂਦੀ ਹੈ ਕਲੀਅਰ ਹੈ ਬੇਟਾ ਚੱਲੀਏ ਅੱਗੇ ਤੇ ਅੱਗੇ ਦੇਖੋ ਚਿੱਟਾ ਕਬੂਤਰ ਇਹ ਕਿਸ ਦਾ ਪ੍ਰਤੀਕ ਹੈ ਇਹ ਸ਼ਾਂਤੀ ਦਾ ਪ੍ਰਤੀਕ ਹੈ ਬੇਟਾ ਚਿੱਟਾ ਕਬੂਤਰ ਚਿੱਟਾ ਕਬੂਤਰ ਪ੍ਰਤੀਕ ਹੈ ਸ਼ਾਂਤੀ ਦਾ ਚਤਰਪੁਜ ਦੇ ਚਾਰੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਆਪਾਂ ਨੂੰ ਪਤਾ ਨਾ ਚਤਰਪੁਜ ਐਜਾ ਹੁੰਦਾ ਇਹਦੇ ਆ ਚਾਰੋਂ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ 360 ਡਿਗਰੀ ਹੁੰਦਾ ਠੀਕ ਹੈ ਜੀ ਐਵੇਂ ਪੁੱਛ ਲਵੇ ਤ੍ਰਿਭੁਜ ਦੇ ਤਿੰਨੋਂ ਕੋਨਾਂ ਦਾ ਜੋੜ ਕਿੰਨਾ ਹੁੰਦਾ ਇਹ ਹੁੰਦਾ 180 ਡਿਗਰੀ ਇਹ ਕਿੰਨਾ ਹੁੰਦਾ 180 ਡਿਗਰੀ ਆ ਬੇਟਾ ਫਾਰਮੂਲਾ ਹੁੰਦਾ n 2 180 ਠੀਕ ਹੈ ਜਿੰਨੀਆਂ ਭੁਜਾਵਾਂ ਹੋਣਗੀਆਂ ਤੁਹਾਡੇ n ਜਿਵੇਂ ਇਹਦੇ ਤ੍ਰਿਭੁਜ ਵਿੱਚ ਕਿੰਨੀਆਂ ਭੁਜਾਵਾਂ ਹੁੰਦੀਆਂ ਤਿੰਨ ਹੁੰਦੀਆਂ ਇੱਥੇ ਪਾ ਕੇ ਦੇਖ ਲਓ ਤਿੰਨ n ਦੀ ਜਗ੍ਹਾ ਤੇ ਤਿੰਨ ਲਿਖ ਲਓ 3 2 1 1 ਨੂੰ 180 ਨਾਲ ਗੁਣਾ ਕਰਾਂਗੇ 180 ਆਜੂ ਐਵੇਂ ਦੇਖੋ ਚਾਰ ਚਤਰਭੁਜ ਦੀਆਂ ਕਿੰਨੀਆਂ ਭੁਜਾਵਾਂ ਹੁੰਦੀਆਂ ਚਾਰ ਜੇ n ਦੀ ਜਗ੍ਹਾ ਤੇ ਦੇਖੋ ਇੱਥੇ ਚਾਰ ਲਿਖ ਕੇ ਦੇਖ ਲਓ 4 2 2 2 ਨੂੰ 180 ਨਾਲ ਗੁਣਾ ਕਰਾਂਗੇ 360 ਡਿਗਰੀ ਆਜੂ ਠੀਕ ਹੈ ਬੇਟਾ ਐਵੇਂ ਜੇ ਆਪਣੇ ਕੋਲ ਮੰਨ ਲਓ ਪੰਜ ਭੁਜੀ ਹੋਵੇ ਐ ਜੀ ਉਹਦੀਆਂ ਭੁਜਾਵਾਂ ਦਾ ਉਹਦੀਆਂ ਕੋਨਾਂ ਦਾ ਜੋੜ ਕਿੰਨਾ ਆਊਗਾ ਆਪਣੇ ਆ ਫਾਰਮੂਲਾ ਫਿਰ n 2 180 n ਕਿੰਨਾ ਕਿੰਨੀ ਆ ਭੁਜਾਵਾਂ ਐ 5 5 2 180 ਦੇਖੋ 5 2 ਕਰਾਂਗੇ 3 3 ਨੂੰ 180 ਨਾਲ ਗੁਣਾ ਕਰਾਂਗੇ 540 ਡਿਗਰੀ ਆਜੂ ਬੇਟਾ ਮਤਲਬ ਕਿ ਪੰਜ ਭੁਜੀ ਦੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਅੰਦਰਲੇ ਕੋਨਾਂ ਦਾ 540 ਡਿਗਰੀ ਠੀਕ ਐ ਜੀ ਅਗਲਾ ਗੁਰਮੁਖੀ ਲਿਪੀ ਦੇ ਵਿੱਚ ਕਿੰਨੀਆਂ ਲਗਾ ਹੁੰਦੀਆਂ ਹਨ ਜਿਵੇਂ ਜਿਹੜੇ ਲਗਾ ਹੁੰਦੇ ਜਿਵੇਂ ਲਾਵਾ ਦੁਲਾਵਾ ਕਿੰਨੀਆਂ ਹੁੰਦੀਆਂ ਬੇਟਾ 10 ਹੁੰਦੀਆਂ ਤੇ ਗੁਰਮੁਖੀ ਲਿਪੀ ਚ ਕਿੰਨੇ ਅੱਖਰ ਹੁੰਦੇ ਨੇ ਵੈਸੇ ਤਾਂ 35 ਅੱਖਰ ਹੁੰਦੇ ਨੇ ਬਟ ਆਪਾਂ ਉਹਦੇ ਚ ਕਹਿ ਦਿੰਨੇ ਹਾਂ 48 ਐ 6 ਅੱਖਰ ਆਪਣੇ ਉਹਦੇ ਪਾਏ ਹੋਏ ਨੇ ਪੈਚ ਬਿੰਦੀ ਵਾਲੇ ਠੀਕ ਹੈ ਬੇਟਾ ਤੇ ਜਿਹੜੇ ਕੱਲ ਕੁਐਸਚਨ ਕਿਤੇ ਸੀ ਈਮੇਲ ਵਾਲਾ ਕੁਐਸਚਨ ਪਤਾ ਕਿਸੇ ਨੂੰ ਕੀ ਸੀਗਾ ਆਹ ਕੁਐਸਚਨ ਸੀਗਾ ਈਮੇਲ ਦਾ ਪੂਰਾ ਨਾਮ ਕੀ ਹੈ ਇਲੈਕਟ੍ਰੋਨਿਕ ਮੇਲ ਠੀਕ ਹੈ ਜੀ ਰਾਜਸਥਾਨ ਦਾ ਕੁਐਸਚਨ ਪਤਾ ਹੈ ਬੇਟਾ ਕਿਹੜਾ ਸੀਗਾ ਰਾਜਸਥਾਨ ਦਾ ਕੁਐਸਚਨ ਸੀਗਾ ਥੋੜਾ ਕੀ ਭਾਰਤ ਦਾ ਸਭ ਤੋਂ ਵੱਡਾ ਖੇਤਰਫਲ ਦੇ ਪੱਖੋਂ ਕਿਹੜਾ ਰਾਜ ਹੈ ਜਿਹਦਾ ਖੇਤਰਫਲ ਸਭ ਤੋਂ ਜ਼ਿਆਦਾ ਹੈ ਜਿਹਨੇ ਸਭ ਤੋਂ ਜ਼ਿਆਦਾ ਜਗ੍ਹਾ ਘੇਰੀ ਹੋਈ ਹੈ ਰਾਜਸਥਾਨ ਨੇ ਫਿਰ ਲਾਸਟ ਕੁਐਸਚਨ ਆ ਜਾਂਦਾ ਮਨਸੂਰੀ ਵਾਲਾ ਕੁਐਸਚਨ ਕਿਹੜਾ ਸੀਗਾ ਜਿਹਨੂੰ ਪਹਾੜਾਂ ਦੀ ਰਾਣੀ ਕਿਹੜੇ ਇਹ ਕਿਨੂੰ ਕਿਹਾ ਗਿਆ ਮਸੂਰੀ ਨੂੰ ਠੀਕ ਹੈ ਜੀ ਪਹਾੜਾ ਦੀ ਰਾਣੀ ਕਿਨੂੰ ਕਿਹਾ ਗਿਆ ਪਲਸੂਰੀ ਨੂੰ ਲੋ ਬੇਟਾ ਇਹ 9 ਤੇ 9 18 ਕੁਐਸਚਨ ਕਵਰ ਕੀਤੇ ਨੇ ਅੱਜ ਆਪਾਂ ਨੇ ਹਰ ਇੱਕ ਕੁਐਸਚਨ ਨੂੰ ਧਿਆਨ ਨਾਲ ਸੁਣੀਓ ਤੇ ਨੂੰ ਕਾਪੀ ਤੇ ਜਰੂਰ ਲੋਡ ਕਰ ਲਿਓ ਤੇ ਜੇ ਵੀਡੀਓ ਪਸੰਦ ਆਵੇ ਤਾਂ ਬੇਟਾ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ